ਕੁਆਲਿਟੀ ਹੁੰਦੀ ਆ ਕੋਈ ਬਹੁਤੀ ਗੱਲ ਨਹੀਂ ਹੈ। ਮੈਂ ਇਹਨਾਂ ਗੱਲਾਂ ਨੂੰ ਬਹੁਤਾ ਮੈਂ ਤਾਂ ਈਵਨ ਕਿ ਜਿਹੜੇ ਈਵਨ ਕਿ ਜਿਹੜੇ ਵੱਡੇ ਬੋਰਡ ਵੀ ਲੱਗਦੇ ਆ ਨਾ ਮੈਂ ਤਾਂ ਉਹਨਾਂ ਤੇ ਵੀ ਕਦੀ ਧਿਆਨ ਨਹੀਂ ਦਿੱਤਾ। ਇਹਨਾਂ ਦਾ ਕੋਈ ਮਾਇਨਾ ਨਹੀਂ। ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਦਿਨ ਤੋਂ ਲਗਾਤਾਰ ਹੁਣ ਉਹ ਆਪਣੇ ਲੀਡਰਾਂ ਨੂੰ ਮਿਲਣਾ ਸ਼ੁਰੂ ਕਰਦਾ ਔਰ 4.5 ਸਾਲ ਬਿਲਕੁਲ ਉਹ ਨਿਕਲੇ ਨਹੀਂ ਬਾਹਰ। ਜੋ ਸਾਰੇ ਕਾਂਗਰਸੀਆਂ ਦਾ ਜੋ ਵਿਰੋਧੀ ਦਲਾਂ ਦਾ ਕਹਿਣਾ ਇੱਕ ਹੀ ਚੱਕਰ ਕੀ ਹੈ 3 ਦਿਨਾਂ 'ਚ ਕੀ ਹੋਇਆ 72 ਘੰਟੇ ਦੇ। ਦੇਖੋ ਪਰਸੈਪਸ਼ਨ ਕੀ ਕ੍ਰੀਏਟ ਹੋਈ ਆ ਕਿ ਇਹ ਸ਼ਾਇਦ ਦੋ ਪਰਸਨੈਲਿਟੀਜ਼ ਦੀ ਲੜਾਈ ਆ। ਐਕਚੁਅਲੀ ਪਰਸਨੈਲਿਟੀਜ਼ ਦੀ ਲੜਾਈ ਨਹੀਂ ਹੈਗੀ, ਕੋਈ ਧੜਾ ਨਹੀਂ ਹੈਗਾ। ਹੁਣ ਮੈਂ ਕਦੀ ਜ਼ਿੰਦਗੀ 'ਚ ਧੜਾ ਹੀ ਨਹੀਂ ਬਣਾਇਆ। ਈਵਨ ਨਵਜੋਤ ਸਿੱਧੂ ਨੇ ਕੋਈ ਧੜਾ ਨਹੀਂ ਬਣਾਇਆ। ਮੈਨੂੰ ਇਹ ਕਈ ਵਾਰੀ ਕਹਿ ਦਿੰਦੇ ਕਿ ਹਾਂ ਤੂੰ ਨਵਜੋਤ ਸਿੱਧੂ ਨਾਲ ਮੇਰਾ ਦੋਸਤ ਹੈਗਾ, ਪਰ ਜਿਹੜੀ ਗੱਲ ਉਹ ਨਹੀਂ ਠੀਕ ਕਰਦਾ ਮੈਂ ਉਹਨੂੰ ਵੀ ਕਹਿੰਦਾ। ਅੱਛਾ ਇਹਦਾ ਮਤਲਬ ਇਹ ਹੈ ਵੀ ਅਸੀਂ ਇੰਟਰਨਲ ਡੈਮੋਕ੍ਰੇਸੀ ਇੱਥੇ ਅਸੀਂ ਪਾਰਟੀ ਦਾ ਨੁਕਸਾਨ ਵੀ ਕਰ ਰਹੇ ਹਾਂ। ਪਾਰਟੀ ਦਾ ਨੁਕਸਾਨ ਇਸ ਕਰਕੇ ਕਰ ਰਹੇ ਹਾਂ ਵੀ ਉਹ ਫੋਟੋ ਖਿਚਾ ਕੇ ਵੀ ਇਹ ਫਲਾਨੇ ਧੜੇ 'ਚ ਆ ਫਲਾਨੇ ਧੜੇ 'ਚ ਆ। ਮੈਂ ਤਾਂ ਈਵਨ ਕਿ ਲੀਡਰਸ ਨੂੰ ਵੀ ਰਿਕੁਐਸਟ ਕਰਦਾ ਆਪਾਂ ਸੀਰੀਅਸ ਇਸ਼ੂ ਹੈ ਇਹ, 3 ਕਰੋੜ ਲੋਕਾਂ ਨੂੰ ਰਿਪ੍ਰਜੈਂਟ ਕਰਦੇ ਹਾਂ ਅਤੇ ਆਪਾਂ ਕਈ ਵਾਰੀ ਇਹ ਸ਼ੋਅ ਕਰਦੇ ਹਾਂ ਜਾਂ ਉੱਥੇ ਜਾ ਕੇ ਹੋ ਸਕਦਾ ਡਿਸਕਸ਼ਨ ਹੋਰ ਹੀ ਹੋਈ ਹੋਵੇ, ਲੇਕਿਨ ਉਹਦੀ ਪਰਸੈਪਸ਼ਨ ਕੀ ਹੁੰਦੀ ਆ ਕਿ ਇਹ ਧੜਾ ਹੋ ਗਿਆ, ਇਹ ਫਲਾਨੇ ਦਾ ਧੜਾ ਹੋ ਗਿਆ। ਨਹੀਂ ਇਹ ਕਿਸੇ ਦਾ ਧੜਾ ਨਹੀਂ ਹੈ, ਆਪਾਂ ਤੁਸੀਂ ਠੀਕ ਕਰ ਦਿਓ। ਮੈਂ ਤਾਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ, ਸਾਡੇ ਚੀਫ ਮਿਨਿਸਟਰ ਆ, ਮੈਂ ਤਾਂ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਅੱਜ ਤੋਂ 1.5-2 ਸਾਲ ਪਹਿਲਾਂ ਚੱਕੀਆਂ ਸੀ, ਜੇ ਤੁਹਾਡੀ ਇੰਨੀ ਵਿੱਲ ਹੈਗੀ ਆ ਅਤੇ ਜਿਹੜੇ ਮੈਂ 5-7 ਇਸ਼ੂ ਕਹੇ ਸੀ ਉਹਨਾਂ 'ਤੇ ਆਪਾਂ ਕੰਮ ਕਰ ਲਈਏ। ਇਹਦਾ ਮਤਲਬ ਆਪਾਂ ਜੇ ਜਿੱਥੇ ਕਿਤੇ ਆਪਣੀ ਵਿੱਲ ਕੰਮ ਕਰਦੀ ਆ ਉੱਥੇ ਅਸੀਂ ਕਰ ਲੈਂਦੇ ਹਾਂ, ਚਾਹੇ 5 ਮਿਨਿਸਟਰਸ ਨੇ ਅਪੋਜ਼ ਕੀਤਾ, ਅਤੇ ਜਿੱਥੇ ਅਸੀਂ ਸਾਡੀ ਵਿੱਲ ਨਹੀਂ ਹੈਗੀ ਜਿੱਥੇ ਅਸੀਂ ਨਹੀਂ ਕਰਨਾ ਉੱਥੇ ਅਸੀਂ ਨਹੀਂ ਕਰਦੇ। ਪ੍ਰਗਟ ਜੀ ਤੁਸੀਂ ਕੈਪਟਨ ਸਾਹਿਬ ਨੂੰ ਵੀ ਸਲਾਹ ਦਿੰਦੇ ਹੋ, ਸੁਖਬੀਰ ਨੂੰ ਵੀ ਦਿੰਦੇ ਆਏ ਹੋ, ਅੱਜ ਕਹਿ ਰਹੇ ਹੋ ਵੀ ਮੈਂ ਪ੍ਰਗਟ ਸਿੱਧੂ ਵੀ ਜਿੱਥੇ ਗਲਤ ਹੁੰਦਾ ਉਹਨੂੰ ਸਲਾਹ ਦੇ ਦਿੰਦਾ, ਕਿਆ ਬੀਂਗ ਹੈ MLA ਕੈਂਟ ਆਪਾਂ ਸਾਰਾ ਕੁਝ ਸਹੀ ਕੀਤਾ ਏਰੀਏ ਦੇ ਵਿੱਚ ਜਾਂ ਪੰਜਾਬ ਵਾਸਤੇ? ਮੇਰੀ ਤਾਂ ਜਿੰਨੀ ਕੁ ਮੇਰੀ ਸਮਝ ਹੈਗੀ ਆ ਮੈਂ ਓਨਾ ਤਾਂ ਠੀਕ ਕਰਦਾ, ਕਿਉਂਕਿ ਜਿੰਨੇ ਕੁ ਪੈਸੇ ਮੇਰੇ ਕੋਲ ਆਉਂਦੇ ਆ, ਜਿੰਨੇ ਕੁ ਪੈਸੇ ਮੈਂ ਲਿਆ ਸਕਦਾ, ਜਿੰਨੇ ਕੁ ਪੈਸੇ ਸਿਸਟਮ 'ਚੋਂ ਆ ਸਕਦੇ ਆ, ਅਤੇ ਅਲਟੀਮੇਟਲੀ ਕੰਮ ਤਾਂ ਸਿਸਟਮ ਨੇ ਕਰਨਾ। ਮੈਂ ਤਾਂ ਸਿਰਫ ਕੋਆਰਡੀਨੇਟ ਕਰਨ ਵਾਲਾ ਕਿ ਹਾਂ ਵੀ ਐਗਜੈਕਟਿਵ ਪਾਵਰ ਜਿਹੜੀ ਆ ਐਗਜੈਕਟਿਵ ਕੋਲ ਹੁੰਦੀਆਂ ਅਤੇ ਉਹ ਐਗਜੈਕਟਿਵ ਨੇ ਕੰਮ ਕਰਨੇ ਹੁੰਦੇ ਆ। ਲੇਕਿਨ ਯੈਸ ਡੈਫੀਨੇਟਲੀ ਜਿੱਥੇ ਮੈਨੂੰ ਲੱਗਦਾ ਕਿ ਹਾਂ ਵੀ ਇੱਥੇ ਗਲਤ ਕੰਮ ਹੋ ਰਿਹਾ ਉੱਥੇ ਮੈਂ ਡੈਫੀਨੇਟਲੀ ਲੱਤਾਂ ਪਸਾ ਕੇ ਖੜਦਾ। ਸਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਚੋਂ ਕੈਂਟ ਵਿੱਚ ਸੁਰੇਸ਼ ਕੁਮਾਰ ਦੀ ਜਿਹੜਾ ਪੈਸਾ ਦੇ ਗਏ ਸਭ ਤੋਂ ਵੱਧ ਅਮਾਊਂਟ ਹੈ, ਇੰਨਾ ਪੈਸਾ ਕਿਸੇ ਹਲਕੇ 'ਚ ਨਹੀਂ ਗਿਆ, ਲੇਕਿਨ ਫਿਰ ਵੀ ਸਾਰੇ ਹਲਕੇ 'ਚ ਤਰਾਹੀ ਤਰਾਹੀ ਹੋਈ ਹੈ ਵੀ ਕੋਈ ਵਿਕਾਸ ਨਹੀਂ ਹੋਇਆ ਸਿਵਾਏ 66 ਫੁੱਟੀ ਰੋਡ ਤੋਂ। ਆਪਾਂ ਟੌਪਿਕ ਹੋਰ ਸ਼ੁਰੂ ਕੀਤਾ ਆ, ਆਪਾਂ ਉਹ ਅਲੱਗ ਬਿਰਨਾ ਕਰ ਲਿਓ ਗੱਲ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਜਿਹੜਾ 11 ਪਿੰਡਾਂ ਦਾ ਸੀਵਰੇਜ ਪੈ ਰਿਹਾ ਤਰਾਹੀ ਤਰਾਹੀ ਕਾਹਦੀ ਆ, ਮੈਨੂੰ ਇੰਨੀ ਗੱਲ ਸਮਝ ਹੈਗੀ ਆ ਵੀ 161 ਕਰੋੜ ਦੇ ਕੰਮ ਹੋ ਰਹੇ ਆ, ਔਰ ਜਿਹੜਾ ਸਾਡਾ ਬੈਸਟ ਐਕਸੀਅਨ ਹੈਗਾ ਉਹਦਾ ਨਾਂ ਵਾਸਦੇਵ ਹੈ, ਉਸ ਡਿਪਾਰਟਮੈਂਟ 'ਚੋਂ ਪਤਾ ਕਰ ਲਿਓ, ਉਹਦੀ ਸੁਪਰਵੀਜ਼ਨ ਥੱਲੇ ਹੋ ਰਿਹਾ। ਜਦੋਂ ਵੀ ਸੀਵਰੇਜ ਵਗੈਰਾ ਪੈਂਦੇ ਹੁੰਦੇ ਆ, ਇੱਕ ਜਿਹੜਾ ਗੰਦਾ ਨਾਲਾ ਪੂਰ ਹੋ ਰਿਹਾ, ਕਦੀ ਜਾ ਕੇ ਉੱਥੇ ਦੇਖਿਆ ਤੁਸੀਂ? ਉਹ ਗੰਦਾ ਨਾਲਾ ਜਾ ਕੇ ਦੇਖ ਲਿਆ ਉਹ ਵੀ ਜਦੋਂ ਦਾ ਮੈਂ ਜੰਮਿਆ ਉਦੋਂ ਤੋਂ ਵੀ ਪਹਿਲਾਂ ਦਾ ਹੈਗਾ, ਤੇ ਉਹ ਹੁਣ ਪੂਰ ਹੋਣ ਲੱਗਿਆ, ਹੁਣ ਉਹਦੇ ਤੇ ਜਿਹੜਾ ਹੈਗਾ ਲਗਭਗ 70 ਕਰੋੜ ਦਾ ਕੰਮ ਹੋ ਰਿਹਾ। ਸੋ ਇਸ ਕਰਕੇ ਉਹਦੇ ਤੋਂ ਪਹਿਲਾਂ ਜਿਹੜੀ ਮੈਕਡੋਨਲ ਰੋਡ ਆ ਉਹ ਕਿਹਨੇ ਬਣਾਈ ਆ, ਉਹਦੇ ਤੋਂ ਪਹਿਲਾਂ ਜਿਹੜਾ ਵੇਸਟ ਮੈਨੇਜਮੈਂਟ ਦਾ ਕੰਮ ਹੈ ਉਹ ਕਿਹਨੇ ਕੀਤਾ? ਹਾਂ ਮੈਂ ਕਿਤੇ ਗਲੀਆਂ ਨਾਲੀਆਂ 'ਚ ਖੜ ਕੇ ਫੋਟੋਆਂ ਨਹੀਂ ਖਿਚਾਉਂਦਾ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਬਈ ਆਹ ਛੋਟਾ ਜਿਹਾ ਕੰਮ ਹੈ ਇਹਦੇ ਲਈ ਵੀ ਮੈਂ ਰੀਬਨ ਖਿਚਾ ਕੇ, ਮੈਂ ਉਹ ਕੰਮ ਨਹੀਂ ਕਰਦਾ। ਯੈਸ ਆਈ ਡੂ ਇਟ। ਮੈਂ ਤਾਂ ਦੇਖੋ ਮੈਂ ਤਾਂ 3 ਦਿਨ ਇੱਥੇ ਰਹਿੰਦਾ, 4 ਦਿਨ ਇੱਥੇ ਰਹਿੰਦਾ, 3 ਦਿਨ ਬੇਸਿਕਲੀ ਮੈਂ ਰਹਿੰਦਾ ਹੈਗਾ ਚੰਡੀਗੜ੍ਹ।
ਜਿਹੜੇ ਮੇਰੇ ਪ੍ਰੋਜੈਕਟ ਹੈਗੇ ਆ ਮੈਂ ਉਹਨਾਂ ਦੇ ਮਗਰ ਜਾਣਾ। ਚਾਰ ਦਿਨਾਂ ਦੇ ਵਿੱਚ ਮੇਰਾ ਖਿਆਲ ਹੈ ਵੀ 9 ਤੋਂ ਲੈ ਕੇ ਸਵੇਰੇ 12 ਵਜੇ ਤੱਕ ਮੈਂ ਕਦੀ ਕਿਤੇ ਨਹੀਂ ਜਾਂਦਾ, 12 ਤੋਂ ਲੈ ਕੇ 3 ਵਜੇ ਤੱਕ ਪਿੰਡਾਂ 'ਚ ਜ਼ਰੂਰ ਜਾਂਦਾ ਮੇਰੇ ਹਲਕੇ ਦੇ, ਕਿਉਂਕਿ ਇਹ ਠੀਕ ਆ ਹੋ ਸਕਦਾ 2 ਲੱਖ ਬੰਦੇ ਨੂੰ ਮਿਲਣਾ ਪੋਸੀਬਲ ਨਾ ਹੋਵੇ, ਬਟ ਸੇਮ ਨਜ਼ਦੀਕੀ ਹੀ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ਾ ਵੀ ਵਿਕਦਾ ਪੂਰਾ ਧੜੱਲੇ ਦੇ ਨਾਲ। ਮੈਂ ਤਾਂ ਦੇਖੋ ਗੱਲ ਇਹ ਆ ਕਿ ਆਪਾਂ ਅੱਜ ਟੌਪਿਕ ਕਿਹੜਾ ਹੈਗਾ, ਆਪਣੀ ਕਿੱਥੇ ਪ੍ਰੋਬਲਮ ਕਿੱਥੇ ਆਉਂਦੀ ਆ, ਵੀ ਆਪਾਂ ਟੌਪਿਕ ਤਾਂ ਕਿਤੇ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ। ਸਰ ਟੌਪਿਕ ਇਹ ਕਿ ਜਿਹੜਾ ਇਹ ਦੱਸਿਓ ਵੀ ਜਿਹੜਾ ਇਹ ਦੋ ਉਹਨਾਂ ਦੀ ਅਪਾਰਟਮੈਂਟ ਆ ਉਹਨੇ ਮਿਨਿਸਟਰ ਸੋਰੀ ਦੋ ਐਮਐਲਏ ਦੇ ਲਿਆ ਦੇ, ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਰਿਫਲੈਕਟਸ ਵੀਕਨੈਸ ਔਰ ਲੈਕ ਆਫ ਕੰਫੀਡੈਂਸ ਵਿਦਨ ਸੀਐਮ ਸਟੈਂਡ? ਨਹੀਂ ਡੈਫੀਨੇਟਲੀ, ਇਹ ਤਾਂ ਮੈਂ ਤਾਂ ਇਹ ਕਿਹਾ ਵੀ ਮੈਨੂੰ ਤਾਂ ਇਹ ਵੀ ਲੱਗਦਾ ਵੀ ਅਸੀਂ ਉਸ ਕੈਂਪ ਚ ਰਹਿਣ ਲਈ ਇਹਨਾਂ ਦੀ, ਮੈਨੂੰ ਤਾਂ ਉਹ ਐਮ ਐਲ ਏ ਕਹਿ ਲਓ ਕਿ ਕਦੀ ਕਦੀ ਤਰਸ ਆਉਂਦਾ ਹੈਗਾ ਕਿ ਥੋਟ ਪ੍ਰੋਸੈਸ ਨੂੰ ਚੇਂਜ ਕਰੋ, ਆਪਾਂ ਨੂੰ ਉਸ ਲੈਵਲ ਦੀ ਜੋਬ ਚਾਹੀਦੀ ਆ, ਉਸ ਲੈਵਲ ਤੇ ਬੇਸਿਕਲੀ ਆਪਾਂ ਕੀ ਕਰਨਾ ਚਾਹੁੰਦੇ। ਨਹੀਂ ਪਰ ਇੱਕ ਦੱਸੋ ਬਈ ਇਹੀ ਪ੍ਰੈਸੀਡੈਂਟ ਇਹ ਪਹਿਲਾਂ ਨਹੀਂ ਹੈਗਾ, ਇਸੇ ਹੀ ਤਰ੍ਹਾਂ ਸੇਮ ਪੈਰਾਮੀਟਰ ਸੇਮ ਸਾਰਾ ਕੁਛ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਭਰਤੀ ਕੀਤਾ ਹੈ ਤਾਂ ਫਿਰ ਚਲੋ ਛੋਟੀਆਂ ਪੋਸਟਾਂ ਦੀ। ਮੈਂ ਤਾਂ ਕਹਿਣ ਡਿਆ ਵੀ ਜਿਹੜਾ ਵੀ ਕੋਈ ਪੋਲੀਟੀਕਲ ਬੰਦਾ ਹੈਗਾ, ਚਾਹੇ ਉਹ ਰਵਨੀਤ ਬਿੱਟੂ ਹੋਵੇ ਚਾਹੇ ਕੋਈ ਪ੍ਰਗਟ ਸਿੰਘ ਦਾ ਮੁੰਡਾ ਕਿਉਂ ਨਾ ਹੋਵੇ, ਜਿਹੜੇ ਪੈਰਾਮੀਟਰ ਆ ਉਹ ਸਾਰਿਆਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਆ। ਨਹੀਂ ਮਤਲਬ ਹੁਣ ਆ ਦੋਵਾਂ ਵਾਰੀ ਰੌਲਾ ਪੈ ਗਿਆ, ਰਵਨੀਤ ਬਿੱਟੂ ਵਾਲੀ ਡੀਐਸਪੀ ਉਹਦੇ ਭਰਾ ਨੇ ਬਣਾਇਆ, ਆਹੀ ਗਰਾਊਂਡ ਯੂਜ਼ ਕੀਤੀ ਗਈ ਆ, ਆਹੀ ਪ੍ਰੋਸੀਜਰ ਬਣਾਇਆ ਗਿਆ, ਸਟੇਟ ਚੋਂ ਪਾਸ ਕੀਤਾ ਗਿਆ, ਰਾਦਰ ਨੂੰ ਡੀਐਸਪੀ ਬਣਾਇਆ ਗਿਆ। ਦੇਰ ਹੈਵ ਬੀਨ ਲਿਟਲ ਆਪੋਜੀਸ਼ਨ ਟੂ ਹਿਮ, ਡੂ ਯੂ ਥਿੰਕ ਦੈਟ ਵਾਸ ਆਲਸੋ ਰੋਂਗ? ਨਹੀਂ ਮੇਰਾ ਖਿਆਲ ਹੈ ਵੀ ਉਹ ਵੀ ਗਲਤ ਗੱਲ ਹੈ, ਕਿਉਂ ਨਹੀਂ ਹੈਗੀ, ਕਿਉਂਕਿ ਪੈਰਾਮੀਟਰਸ ਤਾਂ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ। ਉਹ ਤਾਂ ਤੁਸੀਂ ਕਿਤੇ ਪੁੱਛ ਲਿਓ, ਤੁਹਾਨੂੰ ਵੀ ਮੈਨੂੰ ਵੀ ਮਿਲਦੇ ਤਾਂ ਮੈਨੂੰ ਵੀ ਹੈ ਨੀ, ਮਿਲਦੇ ਤਾਂ ਮੈਨੂੰ ਵੀ ਹੈ ਨੀ। ਹੁਣ ਕੀ ਮਤਲਬ ਨਿਕਲ ਗਈ ਘੇਰੇ ਚੋਂ ਕੇ ਹਜੇ ਲੱਗੇ ਛੱਗੇ? ਨਹੀਂ ਨਹੀਂ ਮੈਂ ਤਾਂ ਦੇਖੋ ਮੈਂ ਤਾਂ ਓਪਨਲੀ ਕਹਿੰਦਾ ਕਿ ਜੇ ਕਿਸੇ ਨੂੰ ਕੋਈ ਡਾਊਟ ਹੈਗਾ, ਜੇ ਕਿਸੇ ਨੂੰ ਕੋਈ ਸ਼ੱਕ ਹੈਗਾ, ਜੇ ਕਿਸੇ ਕੋਲ ਕੋਈ ਡਾਕੂਮੈਂਟ ਹੈਗਾ ਤੇ ਮੇਰੀ ਇਨਵੈਸਟੀਗੇਸ਼ਨ ਸਭ ਤੋਂ ਪਹਿਲਾਂ ਕਰੋ, ਮੈਂ ਕਦੋਂ ਨਹੀਂ ਕਹਿੰਦਾ, ਮੈਨੂੰ ਆ ਲੱਗਦਾ ਹੈਗਾ। ਤੇ ਕਿਉਂਕਿ ਜੇ ਪਹਿਲਾਂ ਵੀ ਸ਼ੁਰੂਆਤ ਦੇ ਵਿੱਚ ਜੋ ਜੋ ਹੋਇਆ ਜਾਂ ਉਦੋਂ ਵੀ ਪਹਿਲਾਂ ਹੋਇਆ ਉਹ ਮੈਂ ਤਾਂ ਕਨਵੇ ਕਰ ਦਿੰਦਾ। ਤੁਹਾਡੇ ਪੱਤਰਕਾਰਾਂ ਨੇ ਵੀ ਦੇਖੇ ਵੱਡੇ ਵੱਡੇ ਬੈਗ ਹੈਗੇ ਤੇ ਉਸ ਬੈਗ ਦੇ ਵਿੱਚ ਹੋਰ ਆਪਾਂ ਐਡੀ ਕੀ ਲੈ ਕੇ ਜਾਣੇ ਆ ਜਿੱਥੇ ਅਸੀਂ ਕਮੇਟੀ ਦੇ ਸਾਹਮਣੇ ਪੇਸ਼ ਹੋਣਾ। ਐਕਚੁਲੀ ਸਿਲੈਕਟਿਵ ਲੀਕੇਜ ਕੀ ਹੁੰਦੀ ਹੈ ਮੈਮ? ਸਿਲੈਕਟਿਵ ਲੀਕੇਜ ਆਪਾਂ ਤੁਸੀਂ ਤਾਂ ਸਾਰੇ ਪੱਤਰਕਾਰ ਹੋ, ਸਿਲੈਕਟਿਵ ਲੀਕੇਜ ਕਿੱਦਾਂ ਹੁੰਦੀ ਆ ਤੇ ਉਹਨੂੰ ਕਿਸੇ ਨੇ ਵੀ ਇੱਕ ਹਫ਼ਤਾ ਡਿਨਾਈ ਨਹੀਂ ਕੀਤਾ। ਜਦੋਂ ਕੋਈ ਵੀ ਚੀਜ਼ ਪਬਲਿਕ ਦੇ ਵਿੱਚ ਆਉਂਦੀ ਆ
ਤੇ ਉਹ ਜਿਹਦੇ ਸੰਬੰਧ ਦੇ ਵਿੱਚ ਹੁੰਦੀ ਆ ਉਹਨੇ ਡਿਨਾਈ ਕਰਨਾ ਹੁੰਦਾ ਵੀ ਨੋ ਨਥਿੰਗ ਲਾਈਕ ਦਿਸ। ਬਟ ਜਦੋਂ ਇੱਕ ਹਫ਼ਤਾ ਨਾ ਕੋਈ ਡਿਨਾਈ ਕਰੇ ਉਹਦਾ ਮਤਲਬ ਤਾਂ ਆਪਾਂ ਨੂੰ ਸਮਝ ਆਉਂਦੀ ਹੈ ਨਾ। ਮੇਰੀ ਤਾਂ ਹਮੇਸ਼ਾ ਮੈਂ ਤਾਂ ਜਿਹੜੀ ਗੱਲ ਕਹੀ ਆ ਉਹ ਕਹੀ ਆ। ਮੈਂ ਕਦੀ ਵੀ ਅੱਜ ਤੱਕ ਜਿੰਨਾ ਚਿਰ ਵੀ ਈਵਨ ਕਿ ਹਾਕੀ ਦਾ ਕਪਤਾਨ ਵੀ ਰਿਹਾ ਮੈਂ ਜਿਹੜੀ ਗੱਲ ਕਹੀ ਆ ਮੈਂ ਅੱਜ ਤੱਕ ਕਦੀ ਉਹਨੂੰ ਡੇਵੀਏਟ ਨਹੀਂ ਹੋਇਆ। ਮੈਂ ਅੱਜ ਤੱਕ ਇਹ ਨਹੀਂ ਕਿਹਾ ਵੀ ਮੈਂ ਇਹ ਗੱਲ ਕਹੀ ਨਹੀਂ ਹੈ। ਹਾਂ ਮੇਰੀ ਗੱਲ ਜਿਹੜੀ ਆ ਕੋਟ ਠੀਕ ਕਰੋ, ਉਹਦੀ ਸਪਿਰਿਟ ਠੀਕ ਲਾਓ, ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ। ਸਰ ਤੁਹਾਡੇ ਪਾਰਟੀ ਦੇ ਆਪਣੀ ਪਾਰਟੀ ਆਪਣੀ ਸਰਕਾਰ ਦੇ ਖਿਲਾਫ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਆ ਤੇ ਪਾਰਟੀ ਤੁਹਾਡੇ ਖਿਲਾਫ ਕੋਈ ਜੇ ਐਕਸ਼ਨ ਲੈਂਦੀ ਆ? ਇਹ ਤਾਂ ਪਹਿਲਾਂ ਦੀ ਵੀ ਗੱਲ ਹੋ ਗਈ ਆ, ਇਹ ਤਾਂ ਬਹੁਤ ਦਿਨਾਂ ਦੀ, ਤੁਹਾਨੂੰ ਵੀ ਪਤਾ ਹੋਣਾ, ਤੁਹਾਨੂੰ ਚੰਡੀਗੜ੍ਹ ਤੋਂ ਤਾਂ ਕਿਉਂਕਿ ਤੁਹਾਡੇ ਚੈਨਲ ਵੀ ਤਾਂ ਤੁਹਾਨੂੰ ਦੱਸਦੇ ਹੀ ਹੋਣੇ ਤੇ ਫਿਰ ਮੈਂ ਇਹਨਾਂ ਚੀਜ਼ਾਂ ਤੋਂ ਤਾਂ ਕਦੀ ਡਰਿਆ ਹੀ ਨਹੀਂ। ਕੋਈ ਪ੍ਰੋਬਲਮ ਥੋੜੀ ਆ, ਜਿਹਨੇ ਜੋ ਕਰਨਾ ਜੋ ਕਰੀ ਜਾਵੇ। ਜੇ ਸੱਚ ਬੋਲਣਾ ਤੁਹਾਨੂੰ ਲੱਗਦਾ ਵੀ ਜੇ ਸੱਚ ਬੋਲਣਾ ਤੇ ਮੈਂ ਬੰਦ ਹੋ ਜਾਊਂਗਾ, ਇਹ ਤਾਂ ਨਹੀਂ ਹੋ ਸਕਦਾ। ਇੱਕ ਦਿਨ ਉੱਥੇ ਸੁਰਿੰਦਰ ਜੀ ਇੱਕ ਪੱਤਰਕਾਰ ਇਹ ਕਹਿਣ ਡੇ ਸੀ ਕਿ ਤੁਸੀਂ ਨਵੀਂ ਪਾਰਟੀ ਬਣਾ ਰਹੇ। ਨਹੀਂ ਨਹੀਂ ਮੈਂ ਤੁਹਾਨੂੰ ਉਹਦੀ ਗੱਲ ਹੀ ਦੱਸਣ ਲੱਗਿਆ। ਕੋਈ ਕਹਿੰਦਾ ਮੈਨੂੰ ਆਮ ਆਦਮੀ ਪਾਰਟੀ ਜਾ ਰਹੇ ਹੋ, ਕੋਈ ਕਹਿੰਦਾ ਮੈਨੂੰ ਨਵੇਂ ਸ਼ਹਿਰ ਤੋਂ ਲੜ ਰਿਹਾ, ਕੁਛ ਇਹ ਵੀ ਕਹਿੰਦੇ ਆ। ਮੈਂ ਗਾਹ ਵੀ ਤੁਹਾਨੂੰ ਦੱਸ ਦਿੰਦਾ ਵੀ ਮੋਹਾਲੀ ਤੋਂ ਲੜ ਰਿਹਾ। ਹਾਂ ਮੈਨੂੰ ਗਾਹ ਤੋਂ ਗਾਹ ਤੋਰੀ ਜਾਂਦੇ ਇਹਨਾਂ ਨੇ ਹੌਲੀ ਹੌਲੀ। ਮੈਨੂੰ ਲੱਗਦਾ ਵੀ ਇਹ ਵੀ ਕਹਿਣਾ ਰਾਜਪੁਰੇ ਤੋਂ ਗਾਹ ਲੰਘ ਚੱਲ ਪਟਿਆਲੇ, ਉਹ ਕਿਉਂਕਿ ਤੁਸੀਂ ਪਟਿਆਲੇ ਵਾਲੇ ਤਾਂ ਪਹਿਲਾਂ ਹੀ ਕਵਰ ਕਰ ਦਿੱਤੇ। ਵਜ੍ਹਾ ਇਹੀ ਹੈ ਕਿ ਇਹਦੀਆਂ ਜਿਹੜੀਆਂ ਅਫਵਾਹਾਂ ਤੁਸੀਂ ਕਹਿ ਰਹੇ ਹੋ ਵੀ ਹੈਗੀਆਂ ਨੇ, ਉਹਦੇ ਕਰਕੇ ਵੋਟ ਜ਼ਿਆਦਾ ਲੱਗ ਰਹੇ ਤੁਹਾਡੇ। ਮੈਂ ਤਾਂ ਕਿਹਾ ਯਾਰ ਜਦੋਂ ਮੀਂਹ ਪੈਂਦਾ ਉਹ ਬੱਕੜ ਜਿਹੇ ਨਿਕਲਦੇ ਹੁੰਦੇ ਆ, ਉਹ ਲਾਈਟ ਨੂੰ ਦੇਖ ਕੇ ਅਟਰੈਕਟ ਹੁੰਦੇ ਆ। ਜੇ ਤਾਂ ਮੈਂ ਲੌਜੀਕਲੀ ਕੋਈ ਗੱਲ ਗਲਤ ਕਹਿੰਦਾ ਫਿਰ ਤਾਂ ਮੈਂ ਉਹਦਾ ਜ਼ਿੰਮੇਵਾਰ ਹੈਗਾ। ਜੇ ਬੇਸਿਕਲੀ ਇੱਦਾਂ ਦੀਆਂ ਗੱਲਾਂ ਪੋਲੀਟੀਕਲ ਸਿਸਟਮ ਦੇ ਵਿੱਚ, ਕਿਉਂਕਿ ਇੰਨੀ ਕੁ ਗਰਾਈਂਡਿੰਗ ਹੋਈ ਆ ਇਹਨਾਂ ਚੀਜ਼ਾਂ ਦਾ, ਕੋਈ ਬਹੁਤ ਫਰਕ ਨਹੀਂ ਪੈਂਦਾ। ਮੈਨੂੰ ਤਾਂ ਕਿਸੇ ਨੇ ਇਹ ਵੀ ਕੁਐਸਚਨ ਕੀਤਾ ਸੀ ਕਿ ਸਿੱਧੂ ਦੇ ਹੋਰਡਿੰਗ ਲੱਗ ਰਹੀ ਆ ਜਾਂ ਕੈਪਟਨ ਅਮਰਿੰਦਰ ਸਿੰਘ ਦੀ, ਮੈਂ ਕਿਹਾ ਇਹ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਦੀ ਕੋਈ ਦੌੜ ਹੋਣੀ ਚਾਹੀਦੀ। ਇਹਦੇ 'ਚ ਕੀ ਗੱਲ ਹੈਗੀ ਆ? ਲੋਕ ਅੱਜ ਦੀ ਤਰੀਕ ਦੇ ਵਿੱਚ ਅਸੀਂ ਅੱਜ ਤੋਂ 15-20 ਸਾਲ ਵਾਲੀ ਪਹਿਲਾਂ ਪੋਲਿਟਿਕਸ ਨਾ ਕਰੀਏ। ਅੱਜ ਲੋਕ ਜਦੋਂ ਇੱਕ ਪਿੰਡ 'ਚ ਤੁਸੀਂ ਕੁਛ ਹੋਰ ਕਹਿੰਦੇ ਆ ਨਾ, ਜਦੋਂ ਦੂਸਰੇ ਪਿੰਡ 'ਚ ਜਾ ਕੇ ਕੁਛ ਹੋਰ ਕਹਿੰਦੇ ਆ ਤੇ ਉੱਥੇ ਜਿਹੜੇ ਲੋਕੀ ਆ ਖੁਸਰ ਖੁਸਰ ਕਰਨ ਲੱਗ ਪੈਂਦੇ ਵੀ ਹਾਂ ਵੀ ਪਿਛਲੇ ਪਿੰਡ ਦਾ ਕੋਈ ਗੱਲ ਹੋਰ ਕਰਕੇ ਆ ਤੇ ਇਸ ਪਿੰਡ ਕੁਛ ਹੋਰ ਕਰ ਰਿਹਾ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਤੋਂ ਸਾਨੂੰ ਦੂਰ ਰਹਿਣਾ। ਸਰ ਪ੍ਰਧਾਨ ਜੀ ਨੇ ਜਿਹੜਾ ਸਵਾਲ ਕੀਤਾ ਕਿ ਤੁਸੀਂ ਆਮ ਆਦਮੀ ਪਾਰਟੀ ਜਾ ਰਹੇ ਜਾਂ ਨਹੀਂ ਜਾ ਰਹੇ, ਮੈਂ ਤਾਂ ਕਿਹਾ ਵੀ ਬਿਲਕੁਲ ਨਹੀਂ ਜਾ ਰਿਹਾ। ਤੁਹਾਡੇ ਪੁਰਾਣੇ ਸਾਥੀ ਰਹੇ ਹੋ, ਭਗਵੰਤ ਮਾਨ ਚੰਗਾ ਦੋਸਤ ਹੈ, ਭਗਵੰਤ ਮਾਨ ਚੰਗਾ ਦੋਸਤ ਹੈ। ਅੱਛਾ ਮੇਰੇ ਸੁਖਬੀਰ ਨਾਲ ਚੰਗੇ ਸੰਬੰਧ ਹੈ, ਮੈਂ ਕਦੋਂ ਕਹਿੰਦਾ? ਮੈਂ ਤਾਂ ਲੌਜੀਕਲ ਗੱਲ ਕਰਦਾ। ਮੇਰੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਚੰਗੇ ਸੰਬੰਧ ਹੈ, ਮੈਂ ਕਦੋਂ ਕਹਿੰਦਾ ਨਹੀਂ ਹੈਗੇ। ਪਰ ਗੱਲ ਜਿਹੜੀ ਲੌਜੀਕ ਦੀ ਆ ਉਹ ਗੱਲ ਠੀਕ ਹੈ, ਜੇ ਤੁਸੀਂ ਦੱਸ ਦਿਓ ਜੇ ਠੀਕ ਹੈ ਤਾਂ ਮੈਂ ਕਹਿ ਲੈਣਾ। ਮਜਬੂਰੀ ਨਾਲ ਹੀ ਆਏ ਆ, ਠੀਕ ਹੈ ਨਾ? ਤੁਹਾਨੂੰ ਲੱਗਦਾ ਜਿਹੜਾ ਭਗਵੰਤ ਮਾਨ ਨੂੰ ਸੀਐਮ ਲਿਆ ਰਿਹਾ ਪੰਜਾਬ ਦੇ, ਠੀਕ ਹੈਗਾ
ਦੋ ਸਰਕਾਰਾਂ ਤਾਂ ਰਾਜ ਕਰਕੇ ਉਸ ਲੈਵਲ ਤੇ ਪਹੁੰਚੀ, ਤੀਜੀ ਸਰਕਾਰ ਬਿਨਾਂ ਰਾਜ ਕੀਤੇ ਹੀ ਉਸ ਲੈਵਲ ਤੇ ਪਹੁੰਚ ਗਈ। ਤੀਜੀ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ, ਉਹ ਉਸ ਲੈਵਲ ਤੇ ਤਿੰਨੇ ਜਿਹੜੀਆਂ ਪਾਰਟੀਆਂ ਹੈਗੀਆਂ ਇੱਕੋ ਹੀ ਲੈਵਲ ਤੇ ਖੜੀਆਂ ਹੈਗੀਆਂ। ਦੇਖੋ ਲੋਕਾਂ ਦਾ ਟਰੱਸਟ ਡੈਫੀਸਿਟ ਹੈਗਾ ਪੋਲੀਟੀਕਲ ਸਿਸਟਮ ਤੋਂ, ਇਹ ਜੋ ਵੀ ਹੋ ਰਿਹਾ ਇਹ ਬਹੁਤ ਚੰਗਾ ਨਹੀਂ ਹੋ ਰਿਹਾ ਪੰਜਾਬ ਲਈ ਆਉਣ ਵਾਲੇ ਸਮੇਂ ਲਈ। ਨਹੀਂ ਮੈਨੂੰ ਗੇਨ ਦਾ ਮਤਲਬ ਸਾਰੀਆਂ ਹੀ ਜਿਹੜੀਆਂ ਪਾਰਟੀਆਂ ਉਸ ਲੈਵਲ ਤੇ ਖੜੀਆਂ ਜਿੱਥੇ ਟਰੱਸਟ ਡੈਫੀਸਿਟ। ਬੀਜੇਪੀ ਤਾਂ ਹੁਣ ਮੈਨੂੰ ਲੱਗਦਾ ਕਿਤੇ ਵੰਡ ਜੋਗੇ ਵੀ ਹੈ, ਉਹ ਤਾਂ ਆਲੇ ਦੁਆਲੇ ਕਈ ਕੁਛ, ਕਿਉਂਕਿ ਅਲਟੀਮੇਟਲੀ ਅਸੀਂ ਕੀਤਾ ਕੀ ਹੈ ਜਿਹੜਾ ਨਾ ਮੈਂ ਪੁੱਛ ਰਿਹਾ ਸਵਾਲ ਵਿੱਚ ਰਹਿ ਗਿਆ ਵੀ ਭਗਵੰਤ ਮਾਨ ਜਿਹੜਾ ਗੁੱਡ ਫੇਸ ਰਹੇਗਾ ਪੰਜਾਬ ਦਾ ਸੀਐਮ ਦਾ ਐਜ਼ ਅ ਪੋਲੀਟੀਸ਼ੀਅਨ ਨਾਟ ਐਜ਼ ਅ ਕਾਂਗਰਸ। ਦੇਖੋ ਉਹ ਤਾਂ ਉਹਨਾਂ ਦੀ ਪਾਰਟੀ ਦਾ ਡਿਸੀਜਨ, ਹੂ ਐਮ ਆਈ ਟੂ ਟੈਲ ਕੀ ਹਾਂ। ਉਹਦੇ ਤੋਂ ਬਾਅਦ ਮੈਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆਇਆ। ਇਹ ਤਾਂ ਜੋ ਜੋ ਤੁਸੀਂ ਗੇਨ ਕਰੀ ਜਾਂਦੇ ਆ ਥਰੂ ਆਊਟ ਲਾਈਫ, ਉਹ ਤੁਹਾਡਾ ਇੱਕ ਸਰਮਾਇਆ ਬਣੀ ਜਾਂਦਾ। ਤੁਸੀਂ ਹਾਊ ਯੂ ਥਿੰਕ ਐਂਡ ਹਾਊ ਯੂ ਡਿਲੀਵਰ। ਸਰ ਮੈਨੂੰ ਇਹ ਦੱਸੋ, ਸਰ ਦ ਟ੍ਰਸਟ ਇਸ ਸਰ, ਡੂ ਯੂ ਮੀਨ ਦੈਟ ਦਰ ਇਸ ਟ੍ਰਸਟ ਇਸ ਇਨ ਦ ਕਾਂਗਰਸ ਇਸ ਵੈਲ? ਨਹੀਂ, ਸਾਰੀਆਂ ਪੋਲੀਟੀਕਲ, ਜਦੋਂ ਮੈਂ ਪਾਰਟੀਆਂ ਪੋਲੀਟੀਕਲ ਦੀ ਗੱਲ ਕਰਦਾ, ਪਰ 2022 ਤੁਹਾਨੂੰ ਕੀ ਦਿਸ ਰਿਹਾ ਉਸ ਤੇ? ਨਹੀਂ, ਮੈਨੂੰ ਇਹ ਦਿਸ ਰਿਹਾ ਕਿ ਜੋ ਅੱਜ ਦੇ ਹਾਲਾਤ ਹੈਗੇ ਆ, ਇਹ ਪੋਲੀਟੀਕਲੀ ਕਿਓਸ ਕ੍ਰੀਏਟ ਹੋਣ ਵਾਲਾ, ਜਿਹੜਾ ਕਿ ਪੰਜਾਬ ਅਫੋਰਡ ਨਹੀਂ ਕਰਦਾ। ਪੰਜਾਬ ਦੇ ਉੱਤੇ 3,00,000 ਕਰੋੜ ਦਾ ਕਰਜ਼ਾ ਆ, ਇਹਦੇ ਵਿੱਚ ਕਲੀਅਰ ਕੱਟ ਜਿਹੜੀ ਆ ਉਹ ਵਿਜ਼ਨ ਹੋਣੀ ਚਾਹੀਦੀ ਆ। ਔਰ ਕਲੀਅਰ ਕੱਟ ਇਹਦੇ ਵਿੱਚ ਜਿਸ ਵੀ ਪਾਰਟੀ ਨੂੰ ਮੈਜੋਰਿਟੀ ਮਿਲੇ, ਤਾਂ ਕਿ ਉਸ ਪਾਰਟੀ ਦਾ ਬੇਸਿਕਲੀ ਏਜੰਡਾ ਜਿਹੜਾ, ਕਿਉਂਕਿ ਜਦੋਂ ਇੱਦਾਂ ਦਾ ਕਿਓਸ ਹੁੰਦਾ ਤੇ ਪੋਲੀਟੀਕਲੀ ਉਸ ਸੂਬੇ ਦਾ ਜਾਂ ਉਸ ਦੇਸ਼ ਦਾ ਨੁਕਸਾਨ ਬਹੁਤ ਹੋ ਜਾਂਦਾ। ਮੈਨੂੰ ਤਾਂ ਇਹ ਫੀਲਿੰਗ। ਦੇਖੋ ਅਸੀਂ ਇੰਪਰੂਵ ਕਰ ਲਾਂਗੇ, ਦੇਖੋ ਦੇਰ ਇਜ਼ ਆਲਵੇਜ਼ ਚਾਂਸ ਆਫ ਇੰਪਰੂਵਮੈਂਟ। ਇਹ ਨਹੀਂ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਕਦੀ ਇੰਪਰੂਵ ਨਹੀਂ ਹੁੰਦਾ, ਇੰਪਰੂਵਮੈਂਟ ਦੇ ਹਮੇਸ਼ਾ ਚਾਂਸ ਰਹਿੰਦੇ ਆ। ਔਰ ਬੀਇੰਗ ਏ ਸਪੋਰਟਸਮੈਨ, ਮੈਂ ਤਾਂ ਹਮੇਸ਼ਾ ਇਹ ਦੇਖਿਆ ਵੀ ਲਾਸਟ ਮੂਵਮੈਂਟ ਵੀ, ਲਾਸਟ ਸੈਕਿੰਡ ਆਫ ਦ ਮੈਚ ਇਜ਼ ਇੰਪੋਰਟੈਂਟ। ਮੈਂ ਕਹਿੰਦਾ ਜੇ ਕਰਨੋ ਜੇ ਕਰੀਏ ਤਾਂ ਕੋਈ ਪ੍ਰੋਬਲਮ ਤਾਂ ਹੈ ਨੀ। ਮੈਂ ਤਾਂ ਕਹਿੰਦਾ ਜਦੋਂ ਕਰੀਏ ਤਾਂ ਕੋਈ ਪ੍ਰੋਬਲਮ ਥੋੜੀ ਹੈ, ਪਰ ਅੱਜ ਦੀ ਪਰਸੈਪਸ਼ਨ ਨਹੀਂ ਹੈ। ਸਰ ਬਟ ਜਿੰਨੀ ਆਪਸੀ ਕਲੇਸ਼ ਚੱਲ ਰਹੀ ਹੈ ਕਾਂਗਰਸ ਦੇ ਵਿੱਚ, ਕੋਈ ਕਿਸੇ ਦਾ ਤੰਜ ਕੱਸ ਰਿਹਾ, ਕੋਈ ਕਿਸੇ ਨੂੰ ਮਾੜਾ ਚੰਗਾ ਬੋਲ ਰਿਹਾ, ਸੋ ਕਿੱਦਾਂ ਇੰਪਰੂਵਮੈਂਟ ਹੋਏਗੀ ਸਰ ਆਪਸੀ? ਮੈਂ ਤਾਂ ਕਿਸੇ ਤੇ ਤੰਜ ਨਹੀਂ, ਮੈਂ ਤਾਂ ਬੇਸਿਕਲੀ ਸਰਕਾਰੀ ਸਿਸਟਮ ਦੀ ਕੀਤੀ ਆ। ਮੈਂ ਕਹਿੰਦਾ ਵੀ ਆਪਾਂ ਪਰਸਨੈਲਿਟੀਜ਼ ਦੀ ਰਾਜਨੀਤੀ ਨੂੰ ਛੱਡ ਕੇ ਇਸ਼ੂਜ਼ ਦੀ ਰਾਜਨੀਤੀ, ਮੈਂ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਇਸੇ ਕਰਕੇ ਬੇਨਤੀ ਕੀਤੀ ਆ ਵੀ ਤੁਸੀਂ ਐਕਚੁਲੀ ਕੀ ਆ ਕਿ ਦੋ ਧੜੇ ਬਣਾ ਦਿੰਦੇ ਆ, ਦੋ ਬੰਦਿਆਂ ਦੇ ਉੱਤੇ ਫੋਕਸ ਕਰ ਦਿੰਦੇ ਆ। ਐਕਚੁਲੀ ਜਿੱਥੇ ਜਿੱਥੇ ਵੀ ਵਨ ਮੈਨ, ਜਿੱਥੇ ਵੀ ਕਿਤੇ ਨਾ ਪੋਲੀਟਿਕਸ ਹੋਈ ਆ ਨਾ, ਹੁਣ ਦਿੱਲੀ ਮੋਦੀ ਦਾ ਕੀ ਹੋਇਆ? ਅਸੀਂ ਇੱਕ ਚਿਹਰਾ ਬਣਾਤਾ ਵੀ ਚਿਹਰੇ ਚਿਹਰੇ ਚਿਹਰਾ ਚਿਹਰਾ, ਉਹ ਚਿਹਰੇ ਨੇ ਡਿਲੀਵਰ ਨਹੀਂ ਕੀਤਾ। ਵੈਸੇ ਇਕੱਲਾ ਬੰਦਾ ਡਿਲੀਵਰ ਹੀ ਨਹੀਂ ਕਰ ਸਕਦਾ, ਕਿਉਂਕਿ ਇਹ ਕੋਈ ਰੌਲਾ ਨਹੀਂ ਹੈ ਉਹਦੀ। ਹਾਂ, ਡਾਇਰੈਕਸ਼ਨ ਹੁੰਦੀ ਆ, ਬਟ ਇਟ ਇਜ਼ ਅਲਟੀਮੇਟਲੀ ਅ ਟੀਮ। ਪਰ ਸਰ ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨਾਲ ਕੀਤੇ ਹੋਏ ਵਾਅਦੇ ਜਿਹੜੇ ਮੈਨੀਫੈਸਟੋ ਚ ਸੀ ਉਹ ਸਾਰੇ ਪੂਰੇ ਹੋਏ ਨੇ? ਨਹੀਂ, ਮੈਂ ਤਾਂ ਕਦੋਂ ਕਹਿੰਦਾ ਵੀ ਹਜੇ ਪੂਰੇ ਹੋਏ ਆ।
ਕੁਛ ਪੂਰੇ ਹੋਏ ਵੀ ਆ, ਮੈਂ ਨੀ ਕਹਿੰਦਾ ਨਹੀਂ ਹੋਏ, ਕੁਛ ਪੂਰੇ ਹੋਏ ਵੀ ਆ, ਪ੍ਰਗਟ ਦੀ ਜ਼ਰੂਰਤ ਹੈ। ਪ੍ਰਗਟ ਜੀ 2022 ਜਲੰਧਰ ਕੈਂਟ, ਪ੍ਰਗਟ ਸਿੰਘ ਵਰਸਿਸ ਓਲੰਪੀਅਨ ਸੋਢੀ ਵਰਸਿਸ ਕ੍ਰਿਕਟਰ ਹਰਭਜਨ ਸਿੰਘ। ਯਾਰ ਜਿਹੜਾ ਮਰਜ਼ੀ ਆ ਜਾਵੇ, ਮੈਂ ਤਾਂ ਜਦੋਂ ਮੈਂ ਡੀਐਸਪੀ ਭਰਤੀ ਹੋਇਆ ਸੀ ਨਾ, ਪੁਲਿਸ ਚ ਕੋਈ ਸਪੋਰਟਸਮੈਨ ਡੀਐਸਪੀ ਨਹੀਂ ਭਰਤੀ ਹੋਇਆ ਸੀ, ਤੇ ਉਹਦੇ ਤੋਂ ਬਾਅਦ ਡੀਐਸਪੀ ਬਹੁਤ ਭਰਤੀ ਹੋਏ। ਇਟ ਇਜ਼ ਏ ਵੇ, ਕਿਉਂਕਿ ਮੈਂ ਸਾਰੀ ਉਮਰ ਕਿਤੇ ਬੈਠੇ ਰਹਿਣਾ, ਕਿਸੇ ਨੇ ਤੁਸੀਂ ਦੱਸੋ ਵੀ ਜਿਸ ਚੈਨਲ ਚ ਤੁਸੀਂ ਹੈਗੇ ਆ ਤੁਸੀਂ ਉੱਥੇ ਸਾਰੀ ਉਮਰ ਬੈਠੇ ਰਹਿਣਾ। ਇਹ ਤਾਂ ਇਟ ਇਜ਼ ਏ ਆਨ ਗੋਇੰਗ ਪ੍ਰੋਸੈਸ ਜਿਹਦੇ ਵਿੱਚ ਚੰਗੇ ਬੰਦੇ ਆਉਣੇ, ਯੰਗਸਟਰਸ ਆਉਣ, ਯੰਗਸਟਰਸ ਆ ਕੇ ਚੰਗਾ ਕੰਮ ਕਰਨ, ਦੈਟ ਇਜ਼ ਦਾ ਵਿਸ਼। ਕਿਉਂਕਿ ਮੇਰੀ ਇਹ ਵਿਸ਼ ਨਹੀਂ ਹੈ ਜੀ, ਕਾਂਗਰਸ ਪਾਰਟੀ ਤੁਹਾਨੂੰ ਜਲੰਧਰ ਹਲਕੇ ਤੋਂ ਕੈਂਟ ਤੋਂ ਟਿਕਟ ਨਹੀਂ ਦਿੰਦੀ, ਤੇ ਤੁਸੀਂ ਇੱਥੋਂ ਹਲਕੇ ਤੋਂ ਚੋਣ ਲੜੋਗੇ ਕਿ ਨਹੀਂ? ਯਾਰ ਹੁਣ ਤੁਸੀਂ ਨਾ ਹੀ ਵਧੀ ਜਾਂਦੇ ਨਹੀਂ ਸਰ, ਹਲਕੇ ਤੋਂ ਸਰ, ਹਲਕੇ ਤੋਂ ਅੱਜ ਤੱਕ ਤਾਂ ਮੈਂ ਹੈਗਾ ਨਾ ਸਰ, ਕਾਹਨੂੰ ਸਰ ਹੁਣ ਬਿਗਲ ਭੱਜ ਗਿਆ, ਤੁਸੀਂ ਕਾਹਨੂੰ ਕਢਾਉਣ, ਤੁਸੀਂ ਕਾਹਨੂੰ ਕਢਾਉਣ ਲਈ ਤੁਰੇ ਬੰਦੇ ਸਰ। ਅਜੇ ਇੱਕ ਸਰ ਦੱਸਿਓ, ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਅਪੀਲ ਕੀਤੀ ਗਈ ਹੈ ਪੋਲੀਟੀਕਲ ਪਾਰਟੀਜ਼ ਨੂੰ ਵੀ, ਜਿੰਨਾ ਚਿਕਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚਿਕਰ ਸਾਡੇ ਇਲਾਕੇ 'ਚ ਨਾ ਆਉਣ, ਅਕਰੋਸ ਦਾ ਪਾਰਟੀ ਲਾਈਨ ਸਾਰੀਆਂ ਪੋਲੀਟੀਕਲ ਪਾਰਟੀਆਂ ਇੱਕੋ ਜਿਹੀਆਂ, ਬੰਦਾ ਚੰਗਾ ਦੇਖ ਲੈਣ ਲੋਕੀ, ਜੇ ਬੰਦਾ ਨੀ ਨਾ ਚੰਗਾ, ਕਿਉਂਕਿ ਲਾਈਨ ਟੋ ਕਰਨ ਵਾਲੇ, ਕਿਉਂਕਿ ਉੱਥੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਬੰਦੇ ਲਾਈਨ ਟੋ ਕਰਦੇ ਆ, ਆਪਣੀ ਗੱਲ ਵੀ ਕਹਿ ਨਹੀਂ ਸਕਦੇ, ਜੇ ਗੱਲ ਨਹੀਂ ਕਹਿ ਸਕਦੇ, ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੋਂਗ ਨਹੀਂ ਹੋਊਗੀ ਉਨਾ ਚਿਰ ਸਾਡੇ ਸਿਸਟਮ ਏ ਆ ਜਾਵੇ, ਬੀ ਆ ਜਾਵੇ, ਸੀ ਆ ਜਾਵੇ, ਹਾਰਡਲੀ ਮੈਟਰ, ਬਟ ਜਿੰਨਾ ਚਿਰ ਅਸੀਂ ਸਿਸਟਮ ਤੇ ਪਹਿਰਾ ਨਹੀਂ ਦਿੰਦੇ ਉਨਾ ਚਿਰ, ਔਰ ਸਿਸਟਮ ਤੇ ਪਹਿਰਾ ਕਿੱਦਾਂ ਦਿੱਤਾ ਜਾ ਸਕਦਾ? ਇੱਕ ਬੰਦਾ ਚੰਗਾ, ਇੱਕ ਕਿਰਦਾਰ, ਜੇ ਕਿਰਦਾਰ ਚੰਗਾ ਨਹੀਂ ਹੈ ਤੇ ਉਹ ਅਲਟੀਮੇਟਲੀ ਉਹ ਫਿਜ਼ਲ ਆਊਟ ਕਰ। ਇੱਕ ਸਾਲ ਤੋਂ ਬਾਅਦ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਦੀ ਯਾਦ ਆ ਗਈ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮਿਸਾਲ ਪੇਸ਼ ਕੀਤੀ ਆ ਪੀਸਫੁਲ, ਕਿਉਂਕਿ ਉੱਥੇ ਵੀ ਬਹੁਤ ਜਿਹੜਾ ਆਪਾਂ ਚਲੋ ਕੋਈ ਗੁੱਸਾ ਤੁਹਾਡੇ ਚੋਂ ਬਿਨਾਂ ਕਰ ਜਾਵੇ, ਵੀ ਜਿਹੜਾ ਗੋਦੀ ਮੀਡੀਆ ਆ ਉਹਨਾਂ ਨੇ ਕਦੀ ਖਾਲਿਸਤਾਨ ਦੇ ਨਾਂ ਤੇ, ਕਦੀ ਕਿਸੇ ਚੀਜ਼ ਦੇ ਨਾਂ ਤੇ, ਕਦੀ ਕਿਸੇ ਚੀਜ਼ ਦੇ ਨਾਂ ਤੇ, ਪੰਜਾਬ ਪੰਜਾਬੀਅਤ ਦਾ ਆ, ਪੰਜਾਬ ਪੰਜਾਬੀਆਂ ਦਾ ਆ। ਮੈਨੂੰ ਅੱਜ ਤੱਕ ਕਦੀ ਨਹੀਂ ਲੱਗਿਆ ਵੀ ਕੌਣ ਹਿੰਦੂ ਆ, ਕੌਣ ਸਿੱਖ ਆ, ਕੌਣ ਮੁਸਲਮਾਨ ਆ, ਕੌਣ ਸਹੀ ਆ, ਆਪਾਂ ਕਿਹੜੀ ਫਿਲਾਸਫੀ ਤੇ ਬੈਠੇ ਆ। ਔਰ ਕਈ ਫੈਮਲੀਆਂ ਜਿਹੜੀਆਂ ਟੈਰੋਰਿਜ਼ਮ ਦੇ ਟਾਈਮ ਇੱਥੋਂ ਚਲੇ ਗਈਆਂ ਸੀਗੀਆਂ ਉਹ ਵਾਪਸ ਇੱਥੇ ਆਈਆਂ, ਕਿਉਂਕਿ ਪੰਜਾਬੀਆਂ ਦਾ ਸਟਾਈਲ ਹੀ ਰਹਿਣ ਦਾ ਡਿਫਰੈਂਟ ਆ। ਉਹਨਾਂ ਨੂੰ ਜਾ ਕੇ ਦੂਜੇ ਸੂਬਿਆਂ ਦੇ ਵਿੱਚ ਕਿਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੀ ਨਹੀਂ ਠੀਕ ਲੱਗਦਾ, ਕਿਉਂਕਿ ਆਪਾਂ ਜਿੱਦਾਂ ਰਹਿੰਦੇ ਹਾਂ ਆਪਣੀ ਫਿਲਾਸਫੀ ਆਪਣੀ ਸੋਚ ਹੋਰ ਹੈਗੀ ਆ। ਇਹ ਤਾਂ ਸਾਨੂੰ ਕਿਤੇ ਨਾ ਕਿਤੇ ਸ਼ਰਾਰਤ ਕਰਕੇ ਹਮੇਸ਼ਾ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਨੂੰ ਨਹੀਂ ਲੱਗਦਾ ਕਿ ਉਸ ਫਿਲਾਸਫੀ ਨੂੰ ਵੰਡਿਆ ਜਾ ਸਕਦਾ ਐਜ਼ ਏ ਹਿਊਮਨ ਬੀਂਗ। ਠੀਕ ਹੈ ਜੀ, ਥੈਂਕ ਯੂ ਸਰ।